ਸਾਡਾ ਹੌਸਲਾ ਵਧਾਉਣ ਲਈ ਖੜੀਆਂ ਨੇ ਜਿਹੜੀਆਂ ਬਾਵਾਂ, ਮੈਂ ਕਰਦਾ ਉਹਨਾਂ ਬਾਵਾਂ ਨੂੰ ਸਲਾਮ, ਹਮੇਸ਼ਾ ਰਹੀਆਂ ਜੋ ਸਾਡੇ ਤੇ ਮਿਹਰਬਾਨ, ਮੈਂ ਕਰਦਾ ਉਹਨਾਂ ਨਿਗਾਹਾਂ ਨੂੰ ਸਲਾਮ। ਪੂਜਾ ਅਕਾਲ ਦੀ ਕੀਤੀ ਜਾਂਦੀ ਸੀ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੌਰ ਜਥੇਬੰਦੀ ਪੂਜਾ ਸਿਰਫ ਅਕਾਲੀ ਦਲ ਦੇ ਲੀਡਰਾਂ ਦੀ ਕਰ ਰਹੀ ਹੈ। ਉਹ ਪਰਚਾ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਅੰਗ ਖਿਲਾਰਤੇ ਗਏ, ਮਗਰ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੀ ਹਾਂ ਦਾ ਨਾਰਾ ਨਹੀਂ ਮਾਰਿਆ। ਮੰਚ ਤੇ ਬੈਠੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਸੰਯੁਗ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ, ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਸਰਦਾਰ ਤਰਲੋਚਨ ਸਿੰਘ ਜੀ ਸਾਬਕਾ ਮੈਂਬਰ ਪਾਰਲੀਮੈਂਟ, ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲੀਆ ਸਾਹਿਬ ਸਾਬਕਾ ਕੇਂਦਰੀ ਮੰਤਰੀ, ਸਾਡੇ ਬਹੁਤ ਹੀ ਸਤਿਕਾਰਯੋਗ ਔਰ ਮੇਰੇ ਵੱਡੇ ਅਜ਼ੀਜ਼ ਡਾਕਟਰ ਰਜਿੰਦਰ ਸਿੰਘ ਜੀ ਚੱਡਾ ਸਾਹਿਬ, ਸਰਦਾਰ ਹਰਪ੍ਰੀਤ ਸਿੰਘ ਜੀ ਬਨੀ ਜੌਲੀ ਪ੍ਰਧਾਨ ਦਿੱਲੀ ਸਟੇਟ ਸੰਯੁਕਤ ਅਕਾਲੀ ਦਲ, ਦਿੱਲੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਸਾਹਿਬ ਸਰਦਾਰ ਐਮ ਪੀ ਐਸ ਚੱਡਾ ਜੀ, ਸਾਡੇ ਪੈਟਰਨ ਸਰਦਾਰ ਭਜਨ ਸਿੰਘ ਜੀ ਵਾਲੀਆ ਸਾਹਿਬ, ਸਰਦਾਰ ਹਰਵਿੰਦਰ ਸਿੰਘ ਜੀ ਕੇ ਪੀ ਸਾਹਿਬ ਔਰ ਬਹੁਤ ਹੀ ਸਤਿਕਾਰਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਿੱਲੀ ਸਟੇਟ ਦੇ ਬਹੁਤ ਹੀ ਸਤਿਕਾਰਯੋਗ ਅਹੁਦੇਦਾਰ ਸਾਹਿਬਾਨ, ਦਿੱਲੀ ਦੀ ਵੱਖ ਵੱਖ ਇਲਾਕਿਆਂ ਦੀ ਵਿੱਚੋਂ ਆਈ ਹੋਈ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਇਕੱਠ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਉਸ ਪਾਰਟੀ ਨੂੰ ਤੁਸੀਂ ਜਿੱਥੇ ਆਸ਼ੀਰਵਾਦ ਦੇਣ ਵਾਸਤੇ ਪਹੁੰਚੇ ਹੋ, ਅੱਜ ਇਸ ਚੋਣ ਨਿਸ਼ਾਨ ਦਾ ਅਸੀਂ ਉਦਘਾਟਨ ਕੀਤਾ ਹੈ, ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ 'ਚ ਨਹੀਂ ਦੇਸ਼ ਦੇ ਵਿੱਚ ਇਸ ਸੇਵਾ ਦੀ ਪ੍ਰਥਾ ਨੂੰ ਲਾਗੂ ਕਰਨਾ ਹੈ। ਇੰਨੇ ਮੀਂਹ ਦੇ ਇੰਨੇ ਝੱਖੜ ਤੋਂ ਬਾਅਦ ਤੁਹਾਡੀ ਇੰਨੀ ਵੱਡੀ ਗਿਣਤੀ ਦੇ ਵਿੱਚ ਆਉਣ ਦਾ ਮੈਂ ਜਿੱਥੇ ਤਹਿ ਦਿਲੋਂ ਧੰਨਵਾਦ ਕਰਦਾ। ਤੁਹਾਡੇ ਲਈ ਮੈਂ ਹਮੇਸ਼ਾ ਕਹਿ ਸਕਦਾ ਕਿ ਜਿਨ੍ਹਾਂ ਰਾਹਾਂ ਤੋਂ ਤੁਸੀਂ ਚੱਲ ਕੇ ਆਏ ਉਹਨਾਂ ਰਾਹਾਂ ਨੂੰ ਮੇਰਾ ਸਲਾਮ। ਸਾਡਾ ਹੌਸਲਾ ਵਧਾਉਣ ਲਈ ਖੜੀਆਂ ਨੇ ਜਿਹੜੀਆਂ ਬਾਵਾਂ, ਮੈਂ ਕਰਦਾ ਉਹਨਾਂ ਬਾਵਾਂ ਨੂੰ ਸਲਾਮ, ਹਮੇਸ਼ਾ ਰਹੀਆਂ ਜੋ ਸਾਡੇ ਤੇ ਮਿਹਰਬਾਨ, ਮੈਂ ਕਰਦਾ ਉਹਨਾਂ ਨਿਗਾਹਾਂ ਨੂੰ ਸਲਾਮ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਅੱਜ ਇੱਥੇ ਆਉਣ 'ਤੇ। ਔਰ ਸਾਧ ਸੰਗਤ ਜੀ, ਇੱਥੇ ਆਉਣ ਦਾ, ਸਾਰਿਆਂ ਨੂੰ ਇਕੱਠਾ ਕਰਨ ਦਾ ਜੋ ਮਕਸਦ, ਇੰਨੀ ਵੱਡੀ ਲੀਡਰਸ਼ਿਪ ਦਾ ਇੱਥੇ ਆਉਣ ਦਾ, ਕਿਉਂਕਿ ਪੰਥ ਦੇ ਵਿੱਚ ਜਿਸ ਤਰੀਕੇ ਦੇ ਦੁਖਾਂਤ ਚੱਲ ਰਿਹਾ ਉਹ ਸਾਰਿਆਂ ਨੂੰ ਪਤਾ, ਉਹਦੇ ਬਾਰੇ ਮੇਰੇ ਤੋਂ ਬਾਅਦ ਵੱਖ ਵੱਖ ਬੁਲਾਰਿਆਂ ਨੇ ਵੀ ਗੱਲ ਕਰਨੀ ਹੈ, ਮਗਰ ਮੈਂ ਦਿੱਲੀ ਦੇ ਵਿੱਚ ਦਿੱਲੀ ਦੇ ਮੁੱਦਿਆਂ ਦੀ ਗੱਲ ਕਰਾਂਗਾ, ਕਿਉਂਕਿ ਤੁਸੀਂ ਸਾਰਿਆਂ ਨੇ ਸਾਡੇ ਮੈਂਬਰ ਸਾਹਿਬਾਨ ਨੂੰ ਵੋਟਾਂ ਪਾ ਕੇ ਜਿਤਾਇਆ ਔਰ ਜਿਤਵਾਇਆ। ਤੁਸੀਂ ਸਿਪਾਹੀ ਬਣ ਕੇ ਸਾਡੇ ਨਾਲ ਜਿਸ ਤਰੀਕੇ ਦੇ ਨਾਲ, ਮੋਢੇ ਦੇ ਨਾਲ ਮੋਢਾ ਲਾ ਕੇ ਇਸ ਚੋਣਾਂ ਦੇ ਵਿੱਚ ਇਲੈਕਸ਼ਨਾਂ ਲੜੀਆਂ, ਔਰ ਇਲੈਕਸ਼ਨਾਂ ਤੋਂ ਬਾਅਦ ਇਹ ਜਿਹੜਾ ਸਾਰਾ ਸਿਸਟਮ ਬਣਿਆ ਉਹ ਤੁਹਾਡੇ ਸਾਹਮਣੇ, ਕਿ ਕਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜਿੱਤੇ ਹੋਏ 30 ਮੈਂਬਰ ਸਾਹਿਬਾਨ ਨੂੰ ਇੱਕ ਫਤਵਾ ਜ਼ਾਹਿਰ ਕਰਤਾ ਜਾਂਦਾ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਸਰਦਾਰ ਮਨਜੀਤ ਸਿੰਘ ਜੀ ਕੇ ਦੇ ਨਾਲ ਹੱਥ ਮਿਲਾ ਕੇ ਉਹਨਾਂ ਦੇ ਨੂੰ ਕਮੇਟੀ ਉਹਨਾਂ ਨਾਲ ਸਾਂਝੀ ਕਰ ਲਓ, ਔਰ ਇਸ ਲੋਕਾਂ ਦੇ ਨਾਲ ਜਿਨ੍ਹਾਂ ਨੂੰ ਅਸੀਂ ਇਲੈਕਸ਼ਨਾਂ ਦੇ ਵਿੱਚ ਔਰ ਜਿਨ੍ਹਾਂ ਨੂੰ ਪਾਰਟੀ ਨੇ ਖੁਦ ਗੁਰੂ ਦੀ ਗੋਲਕ ਦੀ ਚੋਰੀਆਂ ਦੇ ਇਲਜ਼ਾਮ 'ਚ ਕੱਢਿਆ ਹੋਏ, ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਉੱਤੇ 1984 ਦੇ ਕਤਲੇਆਮ ਕਰਨ ਵਾਲਿਆਂ ਨੂੰ ਸਟੇਜਾਂ ਦੇ ਉੱਤੇ ਸਨਮਾਨਿਤ ਕੀਤਾ ਜਾਏ, ਉਹਨਾਂ ਦੇ ਨਾਲ ਜਦ ਸਾਜ ਪਾਉਣ ਦਾ ਫਤਵਾ ਸਾਡੀ ਹਾਈ ਕਮਾਂਡ ਨੇ ਸਾਨੂੰ ਦਿੱਤਾ ਅਤੇ ਸਮੁੱਚੀ ਟੀਮ ਨੇ ਇਹ ਫੈਸਲਾ ਲਿਆ ਕਿ ਦਿੱਲੀ ਦੀ ਸੰਗਤ ਨੇ ਜਿਸ ਵਿਸ਼ਵਾਸ ਦੇ ਨਾਲ ਜਿਹੜੀ ਇਹ ਸੇਵਾਵਾਂ ਸਾਡੇ ਪਿਛਲੇ 3 ਸਾਲਾਂ 'ਚ ਅਸੀਂ ਕੀਤੀਆਂ ਸੀ, ਭਾਵੇਂ ਉਹ ਕੋਵਿਡ ਦੀ ਸਮਾਂ ਹੋਵੇ, ਭਾਵੇਂ ਉਹ ਮੈਡੀਕਲ ਲਾਈਨ ਦੀ ਸੇਵਾ ਹੋਵੇ, ਭਾਵੇਂ ਉਹ ਲੰਗਰਾਂ ਦੀ ਸੇਵਾ ਹੋਵੇ, ਜਾਂ ਭਾਵੇਂ ਕਿਸਾਨ ਮੋਰਚੇ ਦੇ ਵਿੱਚ ਆਪਣੇ ਵੀਰਾਂ ਦੀ ਸੇਵਾ ਹੋਵੇ, ਉਹ ਸੇਵਾਵਾਂ
ਜਿਹੜੀਆਂ ਲਗਾਤਾਰ ਅਸੀਂ ਲੜਦੇ ਰਹੇ ਔਰ ਉਹਨਾਂ 156 ਪਰ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਜ਼ਮਾਨਤਾਂ ਕਰਾਈਆਂ ਸਮੁੱਚੀ ਇਸ ਟੀਮ ਨੇ ਕਰਾਈਆਂ ਸੀ ਉਹਦਾ ਫਤਵਾ ਸਾਨੂੰ ਸੰਗਤ ਨੇ ਦਿੱਤਾ ਔਰ ਸਾਨੂੰ ਕਹਿਤਾ ਜਾਵੇ ਕਿ ਉਹਨਾਂ ਲੋਕਾਂ ਦੇ ਨਾਲ ਹੱਥ ਮਿਲਾ ਲਓ ਸੋ ਸਮੁੱਚੀ ਟੀਮ ਨੇ ਫੈਸਲਾ ਲਿਆ ਔਰ ਅੱਜ ਦੇ ਇਸ ਇਕੱਠ ਨੇ ਉਸ ਗੱਲ ਦੇ ਉੱਤੇ ਮੋਹਰ ਲਾਈ ਹੈ ਕਿ ਜੋ ਫੈਸਲਾ ਅਸੀਂ ਲਿਆ ਸੀ ਅੱਜ ਦਿੱਲੀ ਦੀ ਸੰਗਤ ਸਾਡੇ ਨਾਲ ਖਲੋਤੀ ਹੈ ਕਿਉਂਕਿ ਐਡਾ ਵੱਡਾ ਮਾਰਦਾ ਠਾਠਾ ਇਕੱਠ ਇਸ ਗੱਲ ਦਾ ਪ੍ਰਤੀਕ ਹੈ ਜਿੰਨੀ ਲੋਕ ਤੁਸੀਂ ਅੰਦਰ ਬੈਠੇ ਹੋ ਇਸ 'ਤੇ ਹੀ ਬੰਦੇ ਇੰਨੇ ਹੀ ਬਾਹਰ ਬੈਠੇ ਆ ਕਿਉਂਕਿ ਬਾਰਿਸ਼ ਕਰਕੇ ਵੀ ਬਹੁਤ ਲੋਕਾਂ ਨੇ ਵਿੱਚ ਜਾਮ ਵੀ ਲੱਗੇ ਆ ਸੋ ਮੈਂ ਸਮਝਦਾ ਕਿ ਜੋ ਤੁਸੀਂ ਸਾਨੂੰ ਅੱਜ ਹੁੰਗਾਰਾ ਦਿੱਤਾ ਹੈ ਇਸ ਗੱਲ ਦੇ ਉੱਤੇ ਅਸੀਂ ਵਚਨਬੰਦ ਹਾਂ ਕਿ ਜਿਹੜੀਆਂ ਸੇਵਾਵਾਂ ਅਸੀਂ ਗੁਰੂ ਘਰਾਂ ਦੀਆਂ ਕਰ ਰਹੇ ਹਾਂ ਜਿਹੜੇ ਪੰਥਕ ਮਸਲੇ ਕੌਮ ਦੇ ਵਿੱਚ ਨੇ ਹੁਣੇ ਮੇਰੇ ਤੋਂ ਪਹਿਲੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਗਏ ਹੈ ਕਿ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਭਾਵੇਂ ਆਪਣੇ ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣ ਦੀ ਗੱਲ ਹੋਵੇ ਭਾਵੇਂ ਆਪਣੀ ਪਨੀਰੀ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਹੋਵੇ ਜਿਹੜਾ ਈਸਾਈਕਰਨ ਸਾਡੇ ਦੇ ਥੋਪਿਆ ਜਾ ਰਿਹਾ ਸਾਨੂੰ ਅੱਗੇ ਉਹਦੀ ਜਿਸ ਤਰੀਕੇ ਦੇ ਨਾਲ ਵਧਦਾ ਜਾ ਰਿਹਾ ਪੰਜਾਬ ਦੀ ਉਸ ਧਰਤੀ ਦੇ ਉੱਤੇ ਮੈਂ ਸਮਝਦਾ ਕਿ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਅਸੀਂ ਲੋਕ ਰੋਜ਼ ਆਪਣੇ ਬਚਪਨ ਤੋਂ ਜਦ ਤੋਂ ਪੈਦਾ ਹੋਏ ਹਾਂ ਤਿੰਨ ਚੀਜ਼ਾਂ ਜ਼ਰੂਰ ਆਪਣੇ ਵੱਡਿਆਂ ਤੋਂ ਸੁਣਦੇ ਸੀ ਕਿ ਖਾਲਸੇ ਨੂੰ ਹਮੇਸ਼ਾ ਤਿੰਨ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਅਤੇ ਦੀਦਾਰ ਖਾਲਸੇ ਦਾ ਅੱਜ ਖਾਲਸਾ ਜੀ ਇੱਥੇ ਬੈਠੇ ਬੰਦੇ ਤੁਸੀਂ ਝਾਤੀ ਮਾਰ ਕੇ ਦੇਖੋ ਪੰਜਾਬ ਦੀ ਉਸ ਧਰਤੀ ਦੇ ਉੱਤੇ ਜਿੱਥੇ ਪੂਜਾ ਅਕਾਲ ਦੀ ਕੀਤੀ ਜਾਂਦੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਸਿਰਮੌਰ ਜਥੇਬੰਦੀ ਪੂਜਾ ਸਿਰਫ ਅਕਾਲੀ ਦਲ ਦੇ ਲੀਡਰਾਂ ਦੀ ਕਰ ਰਹੀ ਹੈ ਜਿਹੜਾ ਪਰਚਾ ਸ਼ਬਦ ਦੀ ਅਸੀਂ ਗੱਲ ਕਰਦੇ ਸੀ ਉਹ ਪਰਚਾ ਤੁਸੀਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਅੰਗ ਖਿਲਾਰਤੇ ਗਏ ਮਗਰ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਇਹ ਦਰਦ ਜਿੱਥੇ ਸਮੁੱਚੇ ਪੰਥ ਦੇ ਵਿੱਚ ਹੈ ਜਿੱਥੇ ਦੀਦਾਰ ਖਾਲਸੇ ਦੀ ਗੱਲ ਕਰਦੇ ਸੀ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕਹਿ ਗਏ ਕਿ ਇਹਨ ਪੁੱਤਰਨ ਕੇ ਸੀਸ ਪਰਿਵਾਰ ਦੀ ਉਹ ਸੁਤਚਾਰ ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਅੱਜ ਪੰਜਾਬ ਦੀ ਧਰਤੀ 'ਤੇ ਜਾ ਕੇ ਦੇਖੋ ਕਿੰਨਾ ਵੱਡਾ ਈਸਾਈਕਰਨ ਕੀਤਾ ਜਾ ਰਿਹਾ ਬੱਚੇ ਪਤਿਤ ਪੁਣੇ ਵੱਲ ਵੱਧ ਰਹੇ ਹੈ ਇਹਦੀ ਕਿਸੇ ਬਾਰੇ ਸੋਚ ਨਹੀਂ ਆਈ ਸੋ ਇਸ ਗੱਲਾਂ ਦੇ ਉੱਤੇ ਬਹੁਤ ਵੱਡੇ ਦਿਲ ਦੇ ਵਿੱਚ ਵਲਵਲੇ ਹੋਣ ਦੇ ਬਾਵਜੂਦ ਇਹ ਸਾਰਾ ਫੈਸਲਾ ਲਿਆ ਗਿਆ ਔਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਗਠਨ ਕੀਤਾ ਔਰ ਮੇਰੇ ਸਾਰੇ ਸਾਥੀ ਸਹਿਯੋਗੀ ਔਰ ਮੇਰੇ ਬਜ਼ੁਰਗਵਾਰ ਜਿਨ੍ਹਾਂ ਨੇ ਇਸ ਫੈਸਲੇ ਦੇ ਵਿੱਚ ਸਾਡਾ ਸਾਥ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਦੇ ਚਰਨਾਂ ਦੇ ਵਿੱਚ ਨਮਨ ਕਰਦਾ ਕਿ ਉਹਨਾਂ ਦੀਆਂ ਇਸ ਅਸੀਸਾਂ ਸਦਕੇ ਉਹਨਾਂ ਦੇ ਸਹਿਯੋਗ ਕਰਕੇ ਜਿਹੜੇ ਵੀ ਮੈਂਬਰ ਸਾਹਿਬਾਨ ਅੱਜ ਸਟੇਜ 'ਤੇ ਬੈਠੇ ਆ ਇੱਕ ਜਜ਼ਬਾ ਲੈ ਕੇ ਕੌਮ ਦਾ ਕੰਮ ਕਰ ਰਹੇ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਚਨਬੱਧ ਹੈ ਆਪਣੇ ਉਹਨਾਂ ਸਕੂਲਾਂ ਨੂੰ ਦਾ ਗੌਰਵ ਵਾਪਸ ਲਿਆਉਣ ਲਈ ਦਿੱਲੀ ਦੇ ਵਿੱਚ ਵੱਖ ਵੱਖ ਜਿਹੜੇ ਅਸੀਂ ਵਾਅਦੇ ਕੀਤੇ ਉਹਨਾਂ ਨੂੰ ਪੂਰਾ ਕਰਨ ਲਈ ਕਿਉਂਕਿ ਮੇਰੇ ਤੋਂ ਬਾਅਦ ਅੱਜ ਸਾਰੀ ਸੰਗਤ ਨੇ ਪ੍ਰਵਾਨਗੀ ਦੇ ਕੇ ਉਹ ਮਤੇ ਵੀ ਪਾਸ ਕਰਕੇ ਜਾਣੇ ਆ ਸੋ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਆਇਆਂ ਦਾ ਜਿੱਥੇ ਧੰਨਵਾਦ ਕਰਦਾ ਮੰਚ 'ਤੇ ਬੈਠੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦੇ ਵਿੱਚ ਪੰਥ ਦਾ ਦਰਦ ਹੈ ਜਿਨ੍ਹਾਂ ਨੇ ਪੰਥ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਖੂਨ ਨਾਲ ਸੀਚਿਆ ਜਿਨ੍ਹਾਂ ਦੀਆਂ ਪੁਸ਼ਤਾਂ ਲੱਗੀਆਂ ਮੈਂ ਕਹਿ ਸਕਦਾ ਕਿ ਸਰਦਾਰ ਢੀਂਡਸਾ ਸਾਹਿਬ ਨੇ ਜੋ ਪਹਿਲਕਦਮੀ ਕੀਤੀ ਸੀ ਅੱਜ ਉਹ ਦਿੱਲੀ ਦੇ ਵਿੱਚ ਫੂਟਾ ਵੱਲਿਆ ਔਰ ਅੱਜ ਇਹਨਾਂ ਦੀ ਸਾਨੂੰ ਸਰਪ੍ਰਸਤੀ ਵੀ ਨਾਲ ਮਿਲ ਰਹੀ ਹੈ ਹਮੇਸ਼ਾ ਸਾਨੂੰ ਇੱਕ ਚੰਗਾ ਮਾਰਗ ਦਿਖਾਉਂਦੇ ਨੇ ਮੈਂ ਸਾਰਿਆਂ ਦਾ ਆਏ ਹੋਇਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਆਸ ਕਰਦਾ ਕਿ ਸਾਰੇ ਜਿਸ ਤਰੀਕੇ ਦੇ ਨਾਲ ਇਸ ਇਕੱਠ ਦੇ ਵਿੱਚ ਆਇਓ ਇਸੇ ਤਰੀਕੇ ਨਾਲ ਆਪਣੀ ਰੋਜ਼ਮਰ੍ਹਾ ਦੀ ਅਰਦਾਸ ਦੇ ਵਿੱਚ ਇਸ ਪੰਥ ਦੀ ਇਸ ਜਥੇਬੰਦੀ ਦੀ ਅਰਦਾਸ ਕਰੋਗੇ ਚੜ੍ਹਦੀਆਂ ਕਲਾ ਕਰਕੇ ਤਾਂ ਕਿ ਅਸੀਂ ਕੌਮ ਦੇ ਵੱਡੇ ਫੈਸਲੇ ਕਰ ਸਕੀਏ ਕੌਮ ਦੀ ਵੱਡੀਆਂ ਸੇਵਾਵਾਂ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ